ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਬਾਜ਼ਾਰਾਂ ਵਿੱਚ ਖਾਸ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ੁੱਕਰਵਾਰ ਸ਼ਾਮ ਲਾਰੈਂਸ ਰੋਡ ਵਿਖੇ ਕਰਵਾ ਚੌਥ ਲਈ ਮਹਿੰਦੀ ਲਗਵਾਉਣ ਆਈਆਂ ਔਰਤਾਂ ਦੀ ਸੁਰੱਖਿਆ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਲੇਡੀਜ਼ ਕਾਂਸਟੇਬਲ ਤੈਨਾਤ ਕੀਤੀਆਂ ਗਈਆਂ ਸਨ ਤਾਂ ਜੋ ਔਰਤਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ ਅਤੇ ਤਿਉਹਾਰ ਦੇ ਮੱਦੇਨਜ਼ਰ ਔਰਤਾਂ ਦੀ ਪੂਰੀ ਸੁਰੱਖਿਆ ਕੀਤੀ ਜਾਏ। ਮਾਨਯੋਗ ਕਮਿਸ਼ਨ ਸਾਹਿਬ ਜੀ ਦੀ ਹਦਾਇਤਾਂ ਮੁਤਾਬਕ ਲਾਰੈਂਸ ਰੋਡ ਦੇ ਵਿੱਚ ਜੋ ਵੀ ਕਰਵਾ ਚੌਥ ਵਾਸਤੇ ਲੇਡੀਜ਼ ਆਉਂਦੀਆਂ ਨੇ ਮਹਿੰਦੀ ਦਾ ਤਿਉਹਾਰ ਲਗਾਉਣ ਵਾਸਤੇ ਮਹਿੰਦੀ ਲਗਾਉਣ ਵਾਸਤੇ ਆਉਂਦੀਆਂ ਨੇ ਉਹਨਾਂ ਵਾਸਤੇ ਲਾਰੈਂਸ ਰੋਡ ਦੇ ਉੱਪਰ ਲੇਡੀ ਕਾਂਸਟੇਬਲ ਦੀ ਫੋਰਸ ਤੈਨਾਤ ਕੀਤੀ ਗਈ ਹੈ ਅਤੇ ਜੈਂਟਸ ਵੀ ਲਗਾਏ ਗਏ ਹਨ ਤਾਂ ਕਿ ਕੋਈ ਵੀ ਇੱਥੇ ਸਨੈਚਿੰਗ ਜਾਂ ਕੋਈ ਗਲਤ ਆਂਸਰ ਇੱਥੇ ਕੋਈ ਗਲਤ ਹਰਕਤ ਨਾ ਕਰੇ ਇਸ ਕਰਕੇ ਇਹਨਾਂ ਪੂਰਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। 25 ਲੇਡੀ ਕਾਂਸਟੇਬਲ ਲਗਾਏ ਹੈ ਅਤੇ 20 ਕਾਂਸਟੇਬਲ ਲਗਾਏ ਹਨ।